ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਲਿਖਦੇ ਆ ਕਿਤੇ ਅਜਨਾਲੇ ਵਾਲੀ ਨਾ ਹੋ ਜਾਵੇ ਸਾਲ ਕੋ ਹੋਇਆ ਜੇ ਅਜਨਾਲੇ ਵਾਲੀ ਘਟਨਾ ਨੂੰ ਪਰ ਫੇਰ ਵੀ ਸਾਡੇ ਲੋਕ ਭੁੱਲ ਜਾਂਦੇ ਆ ਇੱਕ ਨੂੰ ਛਡਵਾਉਣ ਲਈ ਪਤਾ ਨਹੀਂ ਕਿੰਨੇ ਦਿਬਰੂਗੜ੍ਹ ਭੇਜ ਦਿੱਤੇ ਸੀ ਉਦੋਂ ਵੀ ਐਵੇਂ ਹੀ ਰਫਤਾਰ ਰਾਏ ਪਰਵਾਨੇ ਸਿਮਰਨਜੀਤ ਸਿੰਘ ਮਾਨ ਲੱਖੇ ਵਰਗਿਆਂ ਤੇ ਹੋਰ ਸੋਸ਼ਲ ਮੀਡੀਆ ਤੇ ਭੜਕਾਉਣ ਵਾਲਿਆਂ ਨੇ ਬਹੁਤ ਅੱਗ ਲਾਈ ਸੀ ਪਰ ਜਦੋਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਤਾਂ ਇਹ ਆਪ ਕਈ ਦਿਨ ਆਪਣੇ ਪੇਜ ਬੰਦ ਕਰਕੇ ਲੁਕ ਗਏ ਸੀ ਇਹਨਾਂ ਦੀ ਹਵਾ ਵਿੱਚ ਆਏ ਹਜ਼ਾਰਾਂ ਮੁੰਡਿਆਂ ਦੇ ਪਰਚੇ ਹੋਏ ਤੇ ਕਈ ਸੌ ਜੇਲ੍ਹਾਂ ਵਿੱਚ ਸੁੱਟ ਦਿੱਤਾ ਵਿਰੋਧ ਕਰਨਾ ਬਣਦਾ ਹੈ ਗਲਤ ਫੈਸਲਿਆਂ ਤੇ ਮੋਰਚੇ ਧਰਨੇ ਤੇ ਸੰਘਰਸ਼ ਲੱਗਦੇ ਆਏ ਆ ਪਰ ਉਸ ਦੀ ਅਗਵਾਈ ਕਰਨ ਵਾਲਿਆਂ ਦੀ ਨੀਤ ਦਾ ਵੀ ਪਤਾ ਹੋਣਾ ਜ਼ਰੂਰੀ ਆ ਜਿੰਨੇ ਵੀ ਇਹ ਆਪੇ ਬਣੇ ਆਗੂ ਅਸੀਂ ਸਿਰ ਤੇ ਬਿਠਾ ਲਏ ਨੇ ਇਹ ਖੜੇ ਕਿਵੇਂ ਹੋਏ ਨੇ ਭਾਨੇ ਰਫਤਾਰ ਰਾਏ ਵਰਗੇ ਸੋਸ਼ਲ ਮੀਡੀਆ ਤੇ ਕਮਾਈ ਕਰਨ ਆਏ ਸੀ ਤੇ ਜਦੋਂ ਇਹਨਾਂ ਦੇਖਿਆ ਕਿ ਪੰਜਾਬ ਚ ਕੀ ਚੱਲਦਾ ਕੀ ਇਹ ਕੌਮ ਨੂੰ ਬਚਾਉਣ ਲਈ ਅੱਗੇ ਹੋਗੇ ਪਿਛਲੇ 25 30 ਸਾਲਾਂ ਵਿੱਚ ਸੰਘਰਸ਼ ਇੱਕ ਸੰਘਰਸ਼ ਜਿੱਤਿਆ ਜਿਸ ਵਿੱਚ ਇਹ ਸਾਰਾ ਲਾਣਾ ਬਾਹਰ ਕੱਢਿਆ ਹੋਇਆ ਸੀ ਕਦੇ ਉਸ ਦਾ ਜ਼ਿਕਰ ਇਹਨਾਂ ਨੇ ਮੂੰਹੋਂ ਨਹੀਂ ਸੁਣੋਂਗੇ ਕਿਉਂਕਿ ਉਹ ਸ਼ਾਂਤ ਤਰੀਕੇ ਨਾਲ ਲੱਗਿਆ ਸੀ ਜੇ ਸ਼ਾਂਤ ਤਰੀਕੇ ਨਾਲ ਲੜਿਆ ਜਾਵੇ ਤਾਂ ਇਹਨਾਂ ਦੇ ਪੱਲੇ ਕੀ ਪਵੇਗਾ ਇਹਨਾਂ ਨੂੰ ਪਤਾ ਕਿ ਹੁਣ ਵਿਹਲੇ ਆ ਲੋਕ ਕਰ ਲੋ ਜਿੰਨਾ ਇਕੱਠ ਕਰ ਹੁੰਦਾ ਕੀ ਖੱਟ ਕੇ ਲੈ ਜਾਣਗੇ ਨੌਜਵਾਨ ਇਸ ਧਰਨੇ ਚੋਂ ਚੱਕ ਲੋ ਧਰ ਲੋ ਮਾਰ ਦਿਓ ਸ਼ੀਧੀਆਂ ਪਾ ਦੇਵਾਂਗੇ ਜਿਉਣ ਤੇ ਮਿਹਨਤ ਦੀ ਗੱਲ ਕੌਣ ਦੱਸਦਾ ਗਰਮ ਗਰਮ ਬਿਆਨਵਾਜੀ ਹੋਵੇਗੀ ਜਕਾਰੇ ਲੱਗਣਗੇ ਤੇ ਉਹ ਬਹੁਤ ਉਹ ਅੱਗ ਬਹੁਤਿਆਂ ਦਾ ਭਵਿੱਖ ਖਰਾਬ ਕਰ ਦੇਵੇਗੀ ਕਦੇ ਯੂਨੀਵਰਸਿਟੀਆਂ ਵਿੱਚ ਖੇਤੀ ਨੂੰ ਲੈ ਕੇ ਇੰਨੀਆਂ ਕਲਾਸਾਂ ਲੱਗਦੀਆਂ ਨੇ ਕਦੇ ਇਹਨਾਂ ਵੇਲਣਾ ਵੱਲੋਂ ਕਿਹਾ ਗਿਆ ਵੀ ਉੱਥੇ ਜਾ ਕੇ ਨਵੀਂ ਤਕਨੀਕ ਨਾਲ ਖੇਤੀ ਸਿੱਖੋ ਬਸ ਸਾਡੇ ਖੂਨ ਵਿੱਚ ਪਾ ਦਿੱਤਾ ਕਿ ਅਸੀਂ ਲੜਾਈਆਂ ਤੇ ਲੰਗਰਾਂ ਲਈ ਹੀ ਜੰਮੇ ਆ ਚਾਹੇ ਲੜਾਈ ਹੋਵੇ ਜਾਂ ਲੰਗਰ ਲਾਉਣੇ ਹੋਣ ਦਾ ਫਾਇਦਾ ਦੋਵੇਂ ਪਾਸੇ ਇਹਨਾਂ ਵਿਹਲਣਾ ਦਾ ਹੀ ਹੁੰਦਾ ਨੁਕਸਾਨ ਆਮ ਨੋਜ਼ਮਾਨੀ ਦਾ ਜਦੋਂ ਇਹੋ ਜਿਹੇ ਧਰਨੇ ਤੇ ਢਕਾ ਇਹਨਾਂ ਨੇ ਦੇਣਾ ਤੇ ਜਦੋਂ ਮੁੰਡੇ ਚੱਕਲੇ ਤੇ ਸਫਾਈਆਂ ਮਾਪਿਆਂ ਨੂੰ ਦੇਣੀਆਂ ਪੈਣੀਆਂ ਬਾਜੇਖਾਨੇ ਮੰਤਰੀ ਵਰਗਿਆਂ ਦੇ ਮਾਪਿਆਂ ਤੇ ਜਵਾਕਾਂ ਨੂੰ ਇੱਕ ਵਾਰ ਜ਼ਰੂਰ ਦੇਖ ਲਿਓ ਕਿਵੇਂ ਸਫਾਈਆਂ ਦਿੰਦੇ ਆ ਤੇ ਬੈਂਕਾਂ ਵਾਲੇ ਇਹ ਨਹੀਂ ਦੇਖਦੇ ਕਿ ਮੋਰਚੈਂਸ ਕੀ ਕੀਤਾ ਪਿੱਟਣ ਨਾਲੋਂ ਹੁਣੇ ਰੋਕ ਲਓ ਜਵਾਕਾਂ ਨੂੰ ਬੂਟਾ ਸਿੰਘ ਕੋਲੀ ਤਾਂ ਬੂਟਾ ਸਿੰਘ ਕੋਲੀ ਦੀ ਲਿਖੀ ਹੋਈ ਇਹ ਪੋਸਟ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ਼ੇਅਰ ਕੀਤੀ ਆ ਇਸ ਪੋਸਟ ਦੇ ਬਾਰੇ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ